ਸਸਿਕਾ ਸਭ ਨੂੰ ਮੈਂ ਸਨਾਪ ਸਿੰਘ ਹੋਸਟਿੰਗ ਓਵਰਸੀਜ਼ ਤੋਂ ਤੇ ਸਾਡੇ ਨਾਲ ਨੇ ਅੱਜ ਸ਼ੁਭਮ ਜੀ ਤੇ ਉਹਨਾਂ ਦੇ ਵਾਈਫ ਸੋਨੀਆ ਜੀ ਜਿਨ੍ਹਾਂ ਦਾ ਯੂਕੇ ਦਾ ਸਪਾਊਸ ਵੀਜ਼ਾ ਸਾਡੇ ਥਰੂ ਆਇਆ ਹੈਗਾ ਆਓ ਇਹਨਾਂ ਕੋਲ ਪੁੱਛਦੇ ਹਾਂ ਕਿ ਇਹਨਾਂ ਦਾ ਐਕਸਪੀਰੀਅੰਸ ਸਾਡੇ ਹੋਸਟਿੰਗ ਓਵਰਸੀਜ਼ ਦੀ ਟੀਮ ਨਾਲ ਕਿਹੋ ਜਿਹਾ ਰਿਹਾ ਤੇ ਮੈਮ ਤੁਹਾਡਾ ਜਿਹੜਾ ਵੀਜ਼ਾ ਹੈਗਾ ਸੋਨੀਆ ਜੀ ਤੁਸੀਂ ਰਿਸੀਵ ਕਰੋ ਤੇ ਇਹਨਾਂ ਦੇ ਹਸਬੈਂਡ ਨੇ ਸ਼ੁਭਮ ਜੀ ਇਹਨਾਂ ਦਾ ਵੀਜ਼ਾ ਡਿਪੈਂਡੈਂਟ ਵੀਜ਼ਾ ਇੱਕ ਦਿਨ ਦੇ ਵਿੱਚ ਆਇਆ ਸ਼ੁਭਮ ਜੀ ਕੀ ਕਹਿਣਾ ਚਾਹੋਗੇ ਸਾਡੇ ਵਿਊਅਰਸ ਨੂੰ ਤੇ ਅੰਬਾਲਾ ਦੇ ਜਿਹੜੇ ਸਾਡੇ ਕਲਾਇੰਟਸ ਨੇ ਸਾਡੇ ਵਿਊਅਰਸ ਨੇ ਕੀ ਕਹਿਣਾ ਚਾਹੋਗੇ ਬਹੁਤ ਬਹੁਤ ਥੈਂਕ ਯੂ ਆਪ ਲੋਗੋਗਾ ਜੋ ਆਪ ਨੂੰ ਮੇਰਾ ਇੱਕ ਦਿਨ ਦਾ ਵੀਜ਼ਾ ਹੈ ਇੱਕ ਦਿਨ ਦਾ ਵੀਜ਼ਾ ਲਿਆ ਸੋਨੀ ਜੀ ਤੁਹਾਡਾ ਕਿਹੋ ਜਿਹਾ ਐਕਸਪੀਰੀਅੰਸ ਰਿਹਾ ਸਾਡੇ ਨਾਲ ਉਸ ਕਿੰਨ ਦੀ ਟੀਮ ਨਾਲ ਟੂਡੇ ਆਈ ਗਾਟ ਮਾਈ ਯੂਕੇ ਸਟੱਡੀ ਵੀਜ਼ਾ ਆਲਸੋ ਮਾਈ ਹਸਬੈਂਡ ਇਜ਼ ਡਿਪੈਂਡੈਂਟ ਵੀਜ਼ਾ ਆਈ ਰੀਅਲੀ ਥੈਂਕਫੁਲ ਟੂ ਮਿਸ ਅਰਚਨਾ ਬਦਰਾ ਮੈਮ ਆਲਸੋ ਓਸਕਿਨਸ ਟੀਮ ਜਿਨ੍ਹਾਂ ਮੇਰੇ ਕੋਲ ਇਹ ਵੀਜ਼ਾ ਦਿੱਤਾ ਹੈ ਸੋਨੀਆ ਜੀ ਮੈਂ ਤੁਹਾਡੇ ਕੋਲ ਪੁੱਛਣਾ ਚਾਹੂੰਗਾ ਕਿ ਤੁਹਾਡਾ ਜਿਹੜਾ ਐਕਸਪੀਰੀਅੰਸ ਹੈ ਸਾਡੀ ਟੀਮ ਨਾਲ ਸਾਡੇ ਜਿਹੜੇ ਐਮਡੀ ਨੇ ਅਰਚਨਾ ਮੈਮ ਉਹਨਾਂ ਨਾਲ ਕਿਹੋ ਜਿਹਾ ਰਿਹਾ ਥੋੜਾ ਐਕਸਪਲੇਨ ਸਾਨੂੰ ਕਰੋਗੇ ਸਾਡੇ ਵਿਊਅਰਸ ਨੂੰ ਮੈਂ ਇਹੀ ਕਹਿਣਾ ਚਾਹੂੰਗੀ ਜੋ ਓਸਕਿਨਸ ਟੀਮ ਹੈ ਉਹ ਬਹੁਤ ਜ਼ਿਆਦਾ ਕੋਆਪਰੇਟਿਵ ਹੈ ਔਰ ਹਰ ਜਗ੍ਹਾ ਸਪੋਰਟਿਵ ਹੈ ਉਨ੍ਹੀਂ ਕੀ ਵਜ੍ਹਾ ਸੇ ਅੱਜ ਮੇਰੇ ਪਾਸ ਮੇਰਾ ਯੂਕੇ ਸਟੱਡੀ ਵੀਜ਼ਾ ਹੈ ਔਰ ਮੇਰੇ ਹਸਬੈਂਡ ਦਾ ਡਿਪੈਂਡੈਂਟ ਵੀਜ਼ਾ ਮੈਂ ਸਭੀ ਕੋ ਰਿਕਮੈਂਡ ਕਰੂੰਗੀ ਅਗਰ ਕੋਈ ਵੀ ਕਿਸੇ ਵੀ ਕੰਟਰੀ ਕਾ ਵੀਜ਼ਾ ਚਾਹਤਾ ਹੈ ਤੋ ਉਹਨੇ ਇੱਕ ਵਾਰ ਯਹਾਂ ਵਿਜ਼ਿਟ ਜ਼ਰੂਰ ਕਰਨਾ ਚਾਹੀਏ ਥੈਂਕ ਯੂ ਇੱਕ ਗੱਲ ਹੋਰ ਤੁਹਾਨੂੰ ਸਭ ਨੂੰ ਮੈਂ ਕਹਿਣਾ ਚਾਹੁੰਦਾ ਕਿ ਜਿਹੜੀ ਤੁਸੀਂ ਲਾਸਟ ਬਵਾਂ ਸੁਣ ਰਹੇ ਗਏ ਸੀ ਕਿ ਸਪਾਊਸ ਵੀਜ਼ਾ ਜਿਹੜਾ ਆ ਡਿਪੈਂਡੈਂਟ ਵੀਜ਼ਾ ਬੰਦ ਹੋ ਗਿਆ ਯੂਕੇ ਦਾ ਇਹੋ ਜਿਹਾ ਕੁਛ ਨਹੀਂ ਹੈਗਾ ਤੁਸੀਂ ਆਪਣਾ ਜੈਨ ਇਨਟੇਕ ਤੱਕ ਜਿਹੜਾ ਆ ਡਿਪੈਂਡੈਂਟ ਕੇਸ ਅਪਲਾਈ ਕਰ ਸਕਦੇ ਹੋ ਸਪਾਊਸ ਵੀਜ਼ਾ ਔਰ ਓਸਕਿਨ ਓਵਰਸੀਜ਼ ਤੁਹਾਨੂੰ ਜਿਹੜਾ ਵੀਜ਼ਾ ਗ੍ਰਾਂਟ ਕਰਵਾ ਕੇ ਦੇਵੇਗਾ ਸੋ ਹਰਿਆਣਾ ਤੋਂ ਮੈਮ ਨੇ ਉਹਨਾਂ ਦੇ ਹਸਬੈਂਡ ਨੇ ਸ਼ੁਭਮ ਜੀ ਤੇ ਸੋਨੀਆ ਜੀ ਇਹ ਜਾ ਰਹੇ ਨੇ ਡਿਪੈਂਡੈਂਟ ਵੀਜ਼ਾ ਤੇ ਜਾ ਰਹੇ ਨੇ ਔਰ ਇਹਨਾਂ ਦਾ ਸਪਾਊਸ ਕੇਸ ਅਪਰੂਵਲ ਹੋਇਆ ਹੈ ਤੇ ਤੁਹਾਡਾ ਵੀ ਜ਼ਰੂਰ ਅਪਰੂਵਲ ਹੋਏਗਾ ਅਗਰ ਤੁਸੀਂ ਵੀ ਜਾਣਾ ਚਾਹੁੰਦੇ ਹੋ ਯੂਕੇ ਸਿੰਗਲ ਜਾਂ ਸਪਾਊਸ ਕੇਸ ਤੇ ਤੇ ਤੁਸੀਂ ਸਾਡੇ ਨਾਲ ਕੰਟੈਕਟ ਕਰ ਸਕਦੇ ਹੋ ਹੋਸਕਿਨ ਓਵਰਸੀਜ਼ ਪ੍ਰਾਈਵੇਟ ਲਿਮਿਟਡ ਸੈਕਟਰ 8C ਚੰਡੀਗੜ੍ਹ ਜਾਂ ਫਿਰ ਨੀਚੇ ਦਿੱਤੇ ਗਏ ਨੰਬਰ ਤੇ ਤੁਸੀਂ ਕਦੇ ਵੀ ਕਾਲ ਕਰ ਸਕਦੇ ਹੋ ਥੈਂਕ ਯੂ ਸੋ ਮਚ